ਇੱਕ ਤਾਂ ਦੋ ਪਰਿਵਾਰ ਦੇ ਜੀ ਚਲੇ ਜਾਂਦੇ ਆ, ਤੀਜੇ ਦੇ ਉੱਤੇ ਪਰਚਾ ਪਾ ਦਿੱਤਾ ਜਾਂਦਾ ਉਹ ਨਕਲੀ ਸ਼ਰਾਬ ਦਾ, ਜ਼ਹਿਰੀਲੀ ਸ਼ਰਾਬ ਦਾ। ਇੱਕ ਪਰਿਵਾਰ ਪਹਿਲਾਂ ਹੀ ਦੁਖੀ ਆ, ਜੀ ਗਵਾ ਕੇ ਉੱਤੋਂ ਇੱਕ ਜੀ ਚੁੱਕ ਲਿਆ ਪੁਲਿਸ ਨੇ। ਪੁਲਿਸ ਦੀਆਂ ਅੱਖਾਂ 'ਤੇ ਕੀ ਪੱਟੀ ਬੰਨੀ ਹੈ? ਉਹਨਾਂ ਨੂੰ ਦਿਖਦਾ ਨਹੀਂ ਕਿ ਦੋਸ਼ੀ ਕੌਣ ਹੈ ਅਤੇ ਨਿਰਦੋਸ਼ ਕੌਣ ਹੈ। ਇਹ ਪਰਿਵਾਰ ਬਹੁਤ ਖਰਲਾ ਰਿਹਾ ਸੀ ਇੱਥੇ। ਪਹਿਲਾਂ ਮੇਰੇ ਵੱਡਾ ਚਾਚਾ ਜੀ ਨੇ ਪ੍ਰਗਟ ਸਿੰਘ, ਰਾਤ ਨੂੰ ਉਹਨਾਂ ਨੇ ਡਰਿੰਕ ਕਰੀ ਅਤੇ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਅਤੇ ਮੇਰੇ ਹਸਬੈਂਡ ਸੁਖਵਿੰਦਰ ਸਿੰਘ ਸੁੱਖੀ ਉਹਨਾਂ ਨੂੰ ਚੱਕ ਕੇ ਲੈ ਕੇ ਗਏ ਗੱਡੀ ਵਿੱਚ, ਉਹਨਾਂ ਦੇ ਮਤਲਬ ਵੀ ਇਲਾਜ ਬਣ ਸਕੇ। ਬਾਬਾ ਬਿਆਰਸੀ ਵਾਲਾ ਹੋਸਪਿਟਲ ਆ ਦਿੜਬੇ। ਫਿਰ ਮੇਰੇ ਘਰ ਵਾਲਾ ਜਿਹੜਾ ਸੁਖਵਿੰਦਰ ਸਿੰਘ ਸੁੱਖੀ ਉਹ ਉਹਨਾਂ ਨੂੰ ਸੰਗਰੂਰ ਲੈ ਕੇ ਆਏ ਹੋਸਪਿਟਲ 'ਚ। ਮੇਰੇ ਘਰ ਵਾਲੇ ਨੂੰ ਦਿੜਬਾ ਪੁਲਿਸ ਨੇ ਚੱਕ ਲਿਆ। ਮੇਰੇ ਦੋ ਪੁੱਤ ਨੇ ਵੀਰੇ ਮੇਥੋਂ ਨੇਮ ਕਰਾ ਲੈਣ ਤੇ ਵੀਰੇ ਅਸੀਂ ਸੰਸਕਾਰ ਨੀ ਕਰਨ ਦਿੰਦੇ ਜਦ ਤੱਕ ਸੁੱਖੀ ਨੂੰ ਸਾਡੇ ਹਵਾਲੇ ਨੀ ਕਰਦੇ। ਦੋਸ਼ੀਆਂ ਨੂੰ ਚੱਕਣ, ਦੋਸ਼ੀ ਚੱਕ ਵੀ ਲਏ, ਦੋਸ਼ੀ ਕਹਿ ਵੀ ਰਹੇ ਨੇ ਵੀ ਸੁੱਖੀ ਨਾਲ ਸਾਡਾ ਕੋਈ ਲਿੰਕ ਨਹੀਂ ਹੈਗਾ। ਫਿਰ ਸੁੱਖੀ ਨੂੰ ਕਾਹਤੋਂ ਨਹੀਂ ਛੱਡਦੇ? ਜਿਹੜਾ ਮਨੀ ਮੁੰਡਾ ਜਿਹਦੇ ਕੋਲੋਂ ਦਾਰੂ ਗਈ ਆ, ਪੀਤੀ ਆ, ਲੋਕਾਂ ਨੇ ਜਿਹੜੇ ਲੋਕ ਮੁੱਕਰੇ ਨੇ, ਉਹ ਮੁੰਡਾ ਵੀ ਕਹਿ ਰਿਹਾ ਪੁਲਿਸ ਨੂੰ ਬਾਰ ਬਾਰ ਵੀ ਤੁਸੀਂ ਸੁੱਖੀ ਨੂੰ ਛੱਡੋ, ਇਹ ਸ਼ੂਗਰ ਦਾ ਮਰੀਜ਼ ਆ, ਇਹਦਾ ਕੋਈ ਲਿੰਕ ਨਹੀਂ ਹੈਗਾ। ਤਾਂ ਪਹਿਲਾਂ ਹੋ ਗਿਆ ਕਿ ਪਰਿਵਾਰ ਦੇ ਜੀ ਗਏ, ਉੱਤੋਂ ਜਿਹੜੇ ਬੱਚੇ ਆ ਉਹਨਾਂ ਨੂੰ ਪੁਲਿਸ ਚੱਕ ਲਈ। ਹਾਂ, ਤੇ ਮੂਹਰੇ ਹੋ ਕੇ ਵੀਰੇ ਉਹੀ ਕਰਨ ਵਾਲਾ ਸਾਰਾ ਕੁਛ। ਸੰਸਕਾਰ ਹੋ ਜਾਣ ਤੋਂ ਬਾਅਦ ਚ ਸੋਚਦੇ ਵੀ ਬਾਅਦ ਚ ਅਸੀਂ ਆਪੀ ਕਢਾ ਦਾਂਗੇ। ਸੰਸਕਾਰ ਕਰੇ ਤੋਂ ਬਾਅਦ ਸਾਨੂੰ ਕੌਣ ਪੁੱਛੂਗਾ? ਮੇਰਾ ਬੇਟਾ ਨਹੀਂ ਨਿਕਲ ਸਕਦਾ ਬਾਹਰ, ਅਸੀਂ ਸੰਸਕਾਰ ਨਹੀਂ ਹੋਣ ਦਿੰਦੇ। ਦੋ ਦਾ ਉਹਨਾਂ ਦੇ ਪਰਚਾ ਪਾਤਾ ਜੀ, ਸਾਨੂੰ ਕੱਲ ਵੀ ਪੁਲਿਸ ਨੇ ਕਿਹਾ ਸੀਗਾ ਵੀ ਅਸੀਂ ਸੁੱਖੀ ਨੂੰ ਕੋਈ ਗੱਲ ਨਹੀਂ, ਤੁਸੀਂ ਉਹ ਕਰੋ ਛੱਡ ਦਾਂਗੇ, ਤੇ ਬਾਅਦ ਦੇ ਵਿੱਚ ਸਾਨੂੰ ਕੱਲ ਸ਼ਾਮ ਨੂੰ ਪਤਾ ਲੱਗਿਆ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ। ਵੱਡੇ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਪਰਿਵਾਰ ਦੀ ਕਿ ਉਹ ਕਹਿੰਦੇ ਕੀ ਆ? ਪੁਲਿਸ ਵਾਲੇ ਕਿਉਂ ਚੁੱਕਿਆ ਤੁਹਾਡੇ ਪਰਿਵਾਰ ਦੇ ਜੀ? ਸੁੱਖੀ ਨੂੰ ਤਾਂ ਅਸੀਂ ਬਸ ਪਹਿਲਾਂ ਦੇ ਇਹਦੇ ਵਿੱਚ ਸਾਲ ਪਹਿਲਾਂ ਇਹਦੇ 'ਤੇ ਕੋਈ ਕੇਸ ਸੀਗਾ ਜੀ, ਉਹਦੇ ਮੁਤਾਬਕ ਕਿਸੇ ਕੋਈ ਉਹਨਾਂ ਦੇ ਦਬਾਅ ਪਾਏ ਆ, ਸਾਨੂੰ SSP ਖੁਦ DSP ਕਹਿ ਕੇ ਗਿਆ ਜੀ। ਇੱਥੇ ਮੁਰਦਾ ਘਰ ਦੇ ਵਿੱਚ ਅਸੀਂ ਖੜ੍ਹੇ ਸੀਗੇ, ਸਾਨੂੰ ਸਾਰਿਆਂ ਨੂੰ ਕਿਹਾ ਉਹਨੇ, ਕਹਿੰਦਾ ਵੀ ਸੁੱਖੀ ਸਾਨੂੰ ਪਤਾ ਨਿਰਦੋਸ਼ ਆ, ਵੀ ਸਾਨੂੰ ਪਤਾ ਸੁੱਖੀ ਨਿਰਦੋਸ਼ ਆ, ਪਰ ਸਾਡੇ 'ਤੇ ਉੱਤੋਂ ਦਬਾਅ ਆ, ਅਸੀਂ ਉਹਨੂੰ ਐਵੇਂ ਨਹੀਂ ਛੱਡ ਸਕਦੇ। ਸਾਡੇ ਭਾਈ ਮੁੱਕ ਕੇ ਉੱਤੋਂ ਸਾਡੇ ਭਤੀਜੇ ਤੇ ਪਰਚੇ ਪਾ ਰਹੇ ਨੇ ਬੇਗਨਾਹ, ਤੇ ਸਾਡੇ ਤਾਂ ਆਹੀ ਮੰਗ ਆ ਵੀ ਸਾਡਾ ਸੁੱਖੀ ਵਾਪਸ ਹੋ ਜੇ। ਸਾਡੇ ਕੋਲ ਤਾਂ ਵੀਰੇ ਕੋਈ ਵੀ ਨਹੀਂ ਆਇਆ, ਨਾ ਪਰਿਵਾਰਾਂ ਕੋਲ, ਨਾ ਕੋਈ ਸਾਡੇ ਕੋਲ ਕੋਈ ਵੀ ਨਹੀਂ ਆਇਆ, ਨਾ ਮਦਦ ਵਾਸਤੇ ਕੋਈ ਦੁੱਖ ਵੰਡਾਉਣ ਵੀ ਨਹੀਂ ਆਇਆ। ਮਦਦ ਤਾਂ ਦੂਰ ਦੀ ਗੱਲ ਆ ਵੀਰੇ। ਬਹੁਤੇ ਮੰਤਰੀ ਮੁੱਖ ਮੰਤਰੀ ਤਾਂ ਇਹ ਕਹਿੰਦੇ ਅਸੀਂ ਤੇ ਆਮ ਘਰਾਂ 'ਚੋਂ ਆਏ ਹਾਂ, ਆਮ ਘਰਾਂ ਦੇ ਹੀ ਸਾਰ ਲਵਾਂਗੇ। ਕੋਈ ਨਹੀਂ ਵੀਰੇ, ਸਭ ਬਦਲ ਜਾਂਦੇ ਨੇ, ਤਾਂ ਵੋਟਾਂ ਲੈਣ ਦੇ ਚੋਚਲੇ ਹੁੰਦੇ ਨੇ ਲੋਕਾਂ ਦੇ, ਪਹਿਲਾਂ ਵੋਟਾਂ ਲੈ ਜਾਂਦੇ ਨੇ, ਮੁੜ ਕੇ ਕੋਈ ਨਹੀਂ ਸਾਰ ਪੁੱਛਦਾ 5 ਸਾਲ। ਹਲਕਾ ਦਿੜਬਾ ਖਜ਼ਾਨਾ ਮੰਤਰੀ ਐਕਸਾਈਜ਼ ਮੰਤਰੀ ਹਰਪਾਲ ਚੀਮਾ ਦਾ ਜਿਹੜਾ ਹਲਕਾ ਹੈ ਉੱਥੋਂ ਦਾ ਪਿੰਡ ਗੁਜਰਾਂ, ਉੱਥੋਂ ਦੇ ਇੱਕ ਪਰਿਵਾਰ ਦੇ ਉੱਤੇ ਇੰਨਾ ਕਹਿਰ ਗੁਜਰਿਆ। ਇੱਕ ਤਾਂ ਦੋ ਪਰਿਵਾਰ ਦੇ ਜੀ ਚਲੇ ਜਾਂਦੇ ਆ, ਤੀਜੇ ਦੇ ਉੱਤੇ ਪਰਚਾ ਪਾ ਦਿੱਤਾ ਜਾਂਦਾ ਉਹ ਨਕਲੀ ਸ਼ਰਾਬ ਦਾ, ਜ਼ਹਿਰੀਲੀ ਸ਼ਰਾਬ ਦਾ। ਇੱਕ ਪਰਿਵਾਰ ਪਹਿਲਾਂ ਹੀ ਦੁਖੀ ਆ, ਜੀ ਗਵਾ ਕੇ ਉੱਤੋਂ ਇੱਕ ਜੀ ਚੁੱਕ ਲਿਆ ਪੁਲਿਸ ਨੇ। ਪੁਲਿਸ ਦੀਆਂ ਅੱਖਾਂ 'ਤੇ ਕੀ ਪੱਟੀ ਬੰਨੀ ਹੈ? ਉਹਨਾਂ ਨੂੰ ਦਿਖਦਾ ਨਹੀਂ ਕਿ ਦੋਸ਼ੀ ਕੌਣ ਹੈ ਅਤੇ ਨਿਰਦੋਸ਼ ਕੌਣ ਹੈ। ਇਹ ਪਰਿਵਾਰ ਬਹੁਤ ਕੁਰਲਾ ਰਿਹਾ ਸੀ ਇੱਥੇ। ਸੰਗਰੂਰ ਇਸ ਵੇਲੇ ਖੜ੍ਹੇ ਹਾਂ, ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਭੈਣ ਜੀ ਤੁਸੀਂ ਇਹ ਦੱਸੋ ਕਿ ਤੁਹਾਡੇ ਪਰਿਵਾਰ ਦੇ ਨਾਲ ਕੀ ਵਾਪਰਿਆ ਪਿੰਡ ਗੁਜਰਾਂ 'ਚ?
ਵੀਰੇ ਜਿਹੜੇ ਦਾਰੂ ਨੂੰ ਲੈ ਕੇ ਮਾਮਲਾ ਚੱਲ ਰਿਹਾ, ਨਸ਼ੀਲੇ ਪਦਾਰਥ ਪਾਏ ਗਏ ਦਾਰੂ ਵਿੱਚ, ਬਹੁਤ ਲੋਕਾਂ ਦੀ ਮੌਤ ਹੋ ਗਈ ਵੀਰੇ, ਬਹੁਤ ਵੱਡਾ ਦੁੱਖ ਆ। ਸਾਰੇ ਆਪਣੇ ਵੀਰ ਭਾਈ ਸੀਗੇ ਤੇ ਵਿੱਚ ਮੇਰੇ ਦੋ ਚਾਚੇ ਸਹੁਰੇ ਸੀਗੇ ਜਿਨ੍ਹਾਂ ਦੀ ਡੈਥ ਹੋ ਗਈ, ਦੋਨੋਂ ਸਕੇ ਭਾਈ ਸੀਗੇ, ਟਵਿੰਸ ਸੀਗੇ ਉਹ। ਪਹਿਲਾਂ ਮੇਰੇ ਵੱਡਾ ਚਾਚਾ ਜੀ ਨੇ ਪ੍ਰਗਟ ਸਿੰਘ, ਰਾਤ ਨੂੰ ਉਹਨਾਂ ਨੇ ਡਰਿੰਕ ਕਰੀ ਤੇ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਤੇ ਮੇਰੇ ਹਸਬੈਂਡ ਸੁਖਵਿੰਦਰ ਸਿੰਘ ਸੁੱਖੀ ਉਹਨਾਂ ਨੂੰ ਚੱਕ ਕੇ ਲੈ ਕੇ ਗਏ ਗੱਡੀ ਵਿੱਚ, ਉਹਨਾਂ ਦੇ ਮਤਲਬ ਵੀ ਇਲਾਜ ਬਣ ਸਕੇ ਬਾਬਾ ਬਿਆਰਸੀ ਵਾਲਾ ਹਸਪੀਟਲ ਅਦੜਬੇ, ਉੱਥੋਂ ਉਹਨਾਂ ਦੀ ਡੈਥ ਹੋ ਗਈ, ਉਹਨਾਂ ਨੂੰ ਵਾਪਸ ਕਰਤਾ ਘਰੇ। ਤੇ ਦੋ ਘੰਟੇ ਬਾਅਦ ਉਹਨਾਂ ਦੇ ਟਵਿੰਸ ਭਰਾ ਨਿਰਮਲ ਸਿੰਘ, ਉਹਨਾਂ ਦੀ ਹਾਲਤ ਖਰਾਬ ਹੋ ਗਈ ਡਰਿੰਕ ਕਰਨ ਨਾਲ 12:30 ਵਜੇ ਦੇ ਟਾਈਮ ਨਾਲ। ਫਿਰ ਮੇਰੇ ਘਰ ਵਾਲਾ ਜਿਹੜਾ ਸੁਖਵਿੰਦਰ ਸਿੰਘ ਸੁੱਖੀ, ਉਹ ਉਹਨਾਂ ਨੂੰ ਸੰਗਰੂਰ ਲੈ ਕੇ ਆਏ ਹਸਪੀਟਲ 'ਚ। ਤੇ ਦੂਜੇ ਦਿਨ ਪਤਾ ਨਹੀਂ ਕੀ ਗੱਲ ਹੋਈ, ਕੀ ਬਾਤ ਹੋਈ ਵੀਰੇ, ਤੇ ਹਨਾ ਮੇਰੇ ਘਰ ਵਾਲੇ ਨੂੰ ਦਿੜਬਾ ਪੁਲਿਸ ਨੇ ਚੱਕ ਲਿਆ। ਕਾਰਨ ਕੀ ਦੱਸਦੀ ਸੀ ਪੁਲਿਸ, ਕੀ ਕਹਿੰਦੀ? ਐਂ ਕਾਰਨ ਦੱਸਦੀ ਆ, ਕਹਿੰਦੇ ਕਿਸੇ ਪਿੰਡ ਦੇ ਜਿਹੜੇ ਵੀ ਪਿੰਡ ਦੇ ਲੋਕ ਨੇ ਸਾਡੇ ਅਗੇਂਸਟ ਨੇ ਵੀਰੇ, ਬਹੁਤ ਹੁੰਦੇ ਨੇ ਹੁਣ ਸਾਰਿਆਂ ਨੂੰ ਇਹ ਪਤਾ। ਕਹਿੰਦੇ ਲੋਕ ਕਹਿੰਦੇ ਨੇ ਵੀ ਜਿਹੜਾ ਸੁਖੀ ਆ ਮੇਰਾ ਘਰ ਵਾਲਾ ਪਹਿਲਾਂ ਕੰਮ ਕਰਦਾ ਸੀਗਾ, ਵੀ ਉਹਨੂੰ ਵੀ ਚੱਕਿਆ ਜਾਵੇ, ਵੀ ਉਹਨੂੰ ਕਾਹਦੇ ਬੇਸ ਤੇ ਵੀਰੇ, ਆਹ ਕੇਸ ਨਾਲ ਪੁਰਾਣੇ ਕੇਸਾਂ ਤੋਂ ਕੋਈ ਲਿੰਕ ਨਹੀਂ। ਪਹਿਲਾਂ ਮੇਰਾ ਘਰ ਵਾਲਾ ਕੰਮ ਕਰਦਾ ਤੇ ਅਸੀਂ ਵੀ ਮੰਨਦੇ ਆ, ਮੇਰਾ ਘਰ ਵਾਲਾ ਵੀ ਮੰਨਦਾ, ਮੇਰੇ ਦੋ ਪੁੱਤ ਨੇ ਵੀਰੇ, ਮੈਥੋਂ ਨੇਮ ਕਰਾ ਲੈਣ। ਮਤਲਬ ਹੁਣ ਜਿਨ੍ਹਾਂ ਨੂੰ ਚੁੱਕਿਆ ਗਿਆ ਤੁਹਾਡੇ ਹਸਬੈਂਡ ਨੂੰ, ਉਹ ਸ਼ਰਾਬ ਦੇ ਕੋਈ ਕਾਰੋਬਾਰ ਨਹੀਂ ਕਰਦੇ ਵੀਰੇ? ਕੋਈ ਲਿੰਕ ਏ ਨਹੀਂ ਹੈਗਾ, ਕੋਈ ਲਿੰਕ ਨਹੀਂ ਹੈਗਾ ਸਾਡਾ। ਸਾਡੇ ਘਰ ਦੀ ਤਲਾਸ਼ੀ ਕਰੀ ਜਾਵੇ ਤੇ ਪਿੰਡ 'ਚ ਇਨਕੁਆਇਰੀ ਕਰੀ ਜਾਵੇ ਵੀਰੇ, ਮੇਰਾ ਘਰ ਵਾਲਾ ਸ਼ੂਗਰ ਦਾ ਮਰੀਜ਼ ਆ, ਮੇਰੀ ਨਣਦ ਸ਼ੂਗਰ ਦੀ ਮਰੀਜ਼ ਆ, ਸਵੇਰੇ ਸ਼ਾਮੇ ਦੇ ਟੀਕਾ ਲੱਗਦਾ, ਦੋ ਮੇਰੇ ਛੋਟੇ ਛੋਟੇ ਬੱਚੇ ਨੇ, ਤੇ ਵੀਰੇ ਅਸੀਂ ਸੰਸਕਾਰ ਨਹੀਂ ਕਰਨ ਦਿੰਦੇ ਜਦ ਤੱਕ ਸੁੱਖੀ ਨੂੰ ਸਾਡੇ ਹਵਾਲੇ ਨਹੀਂ ਕਰਦੇ। ਦੋਸ਼ੀਆਂ ਨੂੰ ਚੱਕਣ, ਦੋਸ਼ੀ ਚੱਕ ਵੀ ਲਏ, ਦੋਸ਼ੀ ਕਹਿ ਵੀ ਰਹੇ ਨੇ ਵੀ ਸੁੱਖੀ ਨਾਲ ਸਾਡਾ ਕੋਈ ਲਿੰਕ ਨਹੀਂ ਹੈਗਾ, ਫਿਰ ਸੁੱਖੀ ਨੂੰ ਕਾਹਤੋਂ ਨਹੀਂ ਛੱਡਦੇ? ਜਿਹੜਾ ਮਨੀ ਮੁੰਡਾ ਜਿਹਦੇ ਕੋਲੋਂ ਦਾਰੂ ਗਈ ਆ, ਪੀਤੀ ਆ ਲੋਕਾਂ ਨੇ, ਜਿਹੜੇ ਲੋਕ ਮੁੱਕਰੇ ਨੇ, ਉਹ ਮੁੰਡਾ ਵੀ ਕਹਿ ਰਿਹਾ ਪੁਲਿਸ ਨੂੰ ਬਾਰ ਬਾਰ ਵੀ ਤੁਸੀਂ ਸੁੱਖੀ ਨੂੰ ਛੱਡੋ, ਇਹ ਸ਼ੂਗਰ ਦਾ ਮਰੀਜ਼ ਆ, ਇਹਦਾ ਕੋਈ ਲਿੰਕ ਨਹੀਂ ਹੈਗਾ। ਇੱਕ ਕਹਿਰ ਤਾਂ ਪਹਿਲਾਂ ਹੋ ਗਿਆ ਕਿ ਪਰਿਵਾਰ ਦੇ ਜੀ ਗਏ, ਉੱਤੋਂ ਜਿਹੜੇ ਬੱਚੇ ਆ ਉਹਨਾਂ ਨੂੰ ਪੁਲਿਸ ਚੱਕ ਲਈ। ਹਾਂ, ਤੇ ਮੂਹਰੇ ਹੋ ਕੇ ਵੀਰੇ ਉਹੀ ਕਰਨ ਵਾਲਾ ਸਾਰਾ ਕੁਛ, ਤੇ ਵੀਰੇ ਅਸੀਂ ਤਾਂ ਇਹ ਇਨਸਾਫ ਮੰਗਦੇ ਆ, ਅਸੀਂ ਸਰਕਾਰ ਤੋਂ ਕੁਛ ਨਹੀਂ ਮੰਗਦੇ। ਜਿਹੜੇ ਲੋਕਾਂ ਦੇ ਘਰ ਦੇ ਮੁੱਕੇ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਬੱਚੇ ਨੇ ਛੋਟੇ ਛੋਟੇ ਉਹਨਾਂ ਦੇ, ਤੇ ਮੇਰਾ ਘਰ ਵਾਲਾ ਸਾਨੂੰ ਲਟਾਇਆ ਜਾਵੇ, ਸੌਂਪਿਆ ਜਾਵੇ। ਤੇ ਵੀਰੇ ਆਹ ਮੇਰੇ ਜੇਠ ਜੀ ਨੇ, ਆਹ ਮੇਰੇ ਮੰਮੀ ਨੇ, ਇਹਨਾਂ ਨਾਲ ਗੱਲ ਕਰ ਲਓ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ, ਜਿਹੜਾ ਇਹਨਾਂ ਨੇ ਗੱਲਾਂ ਕਹੀਆਂ ਤੇ ਪੁਲਿਸ ਨਹੀਂ ਸੁਣ ਰਹੀ ਤੁਹਾਡੀ? ਨਹੀਂ ਸੁਣਦੀ, ਸੁਣ ਨਹੀਂ ਰਹੀ। ਕਹਿੰਦੇ ਵੀ ਸੰਸਕਾਰ ਹੋ ਜਾਣ ਤੋਂ ਬਾਅਦ 'ਚ ਸੋਚਦੇ ਆ ਵੀ ਬਾਅਦ 'ਚ ਅਸੀਂ ਆਪੇ ਕਢਾ ਦਾਂਗੇ, ਸੰਸਕਾਰ ਕਰੇ ਤੋਂ ਬਾਅਦ ਸਾਨੂੰ ਕੌਣ ਪੁੱਛੂਗਾ? ਮੇਰਾ ਬੇਟਾ ਨਹੀਂ ਨਿਕਲ ਸਕਦਾ ਬਾਹਰ, ਅਸੀਂ ਸੰਸਕਾਰ ਨਹੀਂ ਹੋਣ ਦਿੰਦੇ। 302 ਦਾ ਉਹਨਾਂ ਦੇ ਪਰਚਾ ਪਾਤਾ ਜੀ, ਸਾਨੂੰ ਕੱਲ ਵੀ ਪੁਲਿਸ ਨੇ ਕਿਹਾ ਸੀਗਾ ਵੀ ਅਸੀਂ ਸੁੱਖੀ ਨੂੰ ਕੋਈ ਗੱਲ ਨਹੀਂ, ਤੁਸੀਂ ਉਹ ਕਰੋ ਛੱਡ ਦਾਂਗੇ, ਤੇ ਬਾਅਦ ਦੇ ਵਿੱਚ ਸਾਨੂੰ ਕੱਲ ਸ਼ਾਮ ਨੂੰ ਪਤਾ ਲੱਗਿਆ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਵੱਡੇ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਪਰਿਵਾਰ ਦੀ, ਕਿ ਉਹ ਕਹਿੰਦੇ ਕੀ ਆ ਪੁਲਿਸ ਵਾਲੇ, ਕਿਉਂ ਚੁੱਕਿਆ ਤੁਹਾਡੇ ਪਰਿਵਾਰ ਦੀ ਜੀ? ਸੁੱਖੀ ਨੂੰ ਤਾਂ ਅਸੀਂ ਬਸ ਪਹਿਲਾਂ ਦੇ ਇਹਦੇ ਵਿੱਚ ਸਾਲ ਪਹਿਲਾਂ ਇਹਦੇ ਤੇ ਕੋਈ ਕੇਸ ਸੀਗਾ ਜੀ, ਉਹਦੇ ਮੁਤਾਬਕ ਕਿਸੇ ਕੋਈ ਉਹਨਾਂ ਦੇ ਦਬਾਅ ਪਾਇਆ, ਸਾਨੂੰ SSP ਖੁਦ DSP ਕਹਿ ਕੇ ਗਿਆ ਜੀ, ਇੱਥੇ ਮੁਰਦਾ ਘਰ ਦੇ ਵਿੱਚ ਅਸੀਂ ਖੜੇ ਸੀਗੇ, ਸਾਨੂੰ ਸਾਰਿਆਂ ਨੂੰ ਕਿਹਾ ਉਹਨੇ, ਕਹਿੰਦਾ ਵੀ ਸੁੱਖੀ ਸਾਨੂੰ ਪਤਾ ਨਿਰਦੋਸ਼ ਆ। ਕੱਲ SHO ਸਾਹਿਬ ਨਾਲ ਅਸੀਂ ਗੱਡੀ 'ਚ ਬਹਿ ਕੇ ਆਏ ਜੀ, ਬਕਾਇਦਾ ਸਾਡੇ ਪਿੰਡ ਤੋਂ ਘਰਾਟ ਤੱਕ ਉਹਨਾਂ ਦੇ ਨਾਲ ਗੱਡੀ 'ਚ ਬਹਿ ਕੇ ਆਏ, ਉਹ ਵੀ ਸਾਨੂੰ ਇਹੀ ਗੱਲ ਕਹਿੰਦੇ ਆ ਵੀ ਸਾਨੂੰ ਪਤਾ ਸੁੱਖੀ ਨਿਰਦੋਸ਼ ਆ, ਪਰ ਸਾਡੇ 'ਤੇ ਉੱਤੋਂ ਦਬਾਅ ਆ, ਅਸੀਂ ਉਹਨੂੰ ਐਵੇਂ ਨਹੀਂ ਛੱਡ ਸਕਦੇ। ਜਦੋਂ ਪੁਲਿਸ ਵਾਲਿਆਂ ਨੇ ਜੋ ਗੱਲਾਂ ਕਹੀਆਂ ਕਿ ਜਿਹੜੀ ਨਕਲੀ ਸ਼ਰਾਬ ਸੀ, ਜਾਲੀ ਜਾਂ ਜ਼ਹਿਰੀਲੀ ਸ਼ਰਾਬ ਸੀ, ਇਹ ਤਾਂ ਹਰਿਆਣੇ ਤੋਂ ਆਈ ਹੈ, ਤੁਸੀਂ ਇਹਨਾਂ ਪਿੰਡਾਂ ਦੇ ਰਹਿਣ ਵਾਲੇ ਹੋ, ਤੁਹਾਨੂੰ ਕੀ ਲੱਗਦਾ ਸ਼ਰਾਬ ਦਾ ਕਾਰੋਬਾਰ ਕਰਦਾ ਕੌਣ ਹੈ, ਕਿਹਦੇ ਲਿੰਕ ਜੁੜੇ ਆ?
ਦੇਖੋ ਜੀ, ਜਿਹੜੀ ਸਾਡੇ ਜਿਹੜਾ ਪਿੰਡ ਦੇ ਵਿੱਚ ਆ, ਉਹ ਕਹਿਣ ਦਾ ਮਤਲਬ ਸਾਡਾ ਜਿਹੜਾ ਮਨੀ ਆ ਜੀ, ਮਨਪ੍ਰੀਤ ਸਿੰਘ ਮਨੀ, ਵੀ ਹੁਣ ਵੀ ਉਹ ਕਰ ਰਿਹਾ ਸੀਗਾ ਜੀ ਕੰਮ, ਉਹ ਉਦੋਂ ਜਿਹੜੇ ਕੁਛ ਬੰਦਿਆਂ ਨੇ ਜਿਹੜੇ ਮਰੇ ਆ ਉਹਨਾਂ ਨੇ ਵੀ ਕੁਛ ਦਾ ਬਿਆਨ ਆ ਨਾ ਵੀ ਮਨੀ ਤੋਂ ਦਾਰੂ ਲਈ ਸੀਗੀ ਤੇ ਉਹ ਵੇਚ ਰਿਹਾ ਸੀਗਾ ਸੁੱਖੀ ਦਾ, ਇਹਦੇ ਵਿੱਚ ਕੋਈ ਲਾਗਾ ਤੇਗਾ ਨਹੀਂ ਸੀਗਾ। ਉਹ ਵੀ ਬਕਾਇਦਾ ਕਹਿ ਰਿਹਾ, ਉਸ ਮਨੀ ਨੇ ਵੀ ਬਕਾਇਦਾ ਕਿਹਾ ਗਾ ਵੀ ਮੈਂ ਚਲੋ ਮੈਂ ਦਾਰੂ ਵੇਚੀ ਆ, ਉਹਨੇ ਵੀ ਲਿਆਂਦੀ ਆ, ਕਿਤੋਂ ਵੀ ਲਿਆਂਦੀ ਆ, ਸਾਨੂੰ ਨਹੀਂ ਪਤਾ ਕਿੱਥੋਂ ਲਿਆਇਆ। ਪੁਲਿਸ ਹੁਣ ਕਹਿ ਰਹੀ ਆ ਵੀ ਅਸੀਂ ਬੰਦੇ ਫੜ ਲਏ, ਜਿਹੜਾ ਬਣਾਉਂਦਾ ਸੀ ਉਹ ਵੀ ਫੜ ਲਿਆ, ਅਸੀਂ ਮਸ਼ੀਨਾਂ ਫੜ ਲਈਆਂ, ਸਾਰਾ ਉਹ ਫੜ ਲਿਆ, ਹੁਣ ਸਾਨੂੰ ਐ ਨਹੀਂ ਪਤਾ ਲੱਗ ਰਿਹਾ ਵੀ ਇਹ ਜਿਹੜਾ ਨਜਾਇਜ਼ ਪਰਚਾ ਨਜਾਇਜ਼ ਕਿਉਂ ਪਾ ਰਹੇ ਆ। ਤੁਸੀਂ, ਤੁਹਾਡੇ ਕੋਲ ਕੋਈ ਇੱਥੋਂ ਦੇ ਲੀਡਰ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਉਂਦੇ ਰਹੇ, ਕੌਣ ਆਇਆ ਤੁਹਾਡੀ ਸਾਰ ਲੈਣ ਦੇ ਲਈ, ਕਿਸੇ ਨੇ ਪੁੱਛਿਆ ਹਾਲ? ਕਿਸੇ ਨੇ ਨਹੀਂ ਸਾਰ ਪੁੱਛੀ ਜੀ, ਕੋਈ ਨਹੀਂ ਪੁੱਛ ਰਿਹਾ। ਉੱਤੋਂ ਸਾਡੇ ਭਾਈ ਮੁੱਕ ਗਏ, ਉੱਤੋਂ ਸਾਡੇ ਭਤੀਜੇ ਤੇ ਪਰਚੇ ਪਾ ਰਹੇ ਨੇ ਬੇਗਨਾਹਾਂ ਤੇ, ਸਾਡੇ ਤਾਂ ਆਹੀ ਮੰਗ ਆ ਵੀ ਸਾਡਾ ਸੁੱਖੀ ਵਾਪਸ ਹੋ ਜੇ, ਵੀ ਇਹਨਾਂ ਨੂੰ ਕੋਈ ਨੌਕਰੀ ਚੌਕਰੀ ਇਹਨਾਂ ਨੂੰ ਕੋਈ ਮਿਲ ਜੇ। ਪਰਿਵਾਰ ਦੁਖੀ ਇੰਨੇ ਆ, ਆਪਣਾ ਦੁੱਖ ਬਿਆਨ ਕਰ ਰਿਹਾ, ਤੁਸੀਂ ਵੀ ਕਿਉਂਕਿ ਇੱਥੇ ਕਾਫੀ ਸਮੇਂ ਤੋਂ ਰਹਿ ਰਹੇ ਹੋਵੋਗੇ ਇਹਨਾਂ ਪਿੰਡਾਂ ਦੇ ਵਿੱਚ ਆਲੇ ਦੁਆਲੇ, ਜਿਹੜੇ ਤੁਹਾਡੇ ਇੱਥੋਂ ਦੇ ਜਿਵੇਂ ਕਿ ਹਰਪਾਲ ਸਿੰਘ ਚੀਮਾ ਨੇ MLA ਬਣਦੇ ਆ, ਉਹਨਾਂ ਕੋਲ ਮਹਿਕਮਾ ਵੀ ਸ਼ਰਾਬ ਵਾਲਾ, ਉਹਨਾਂ ਨੇ ਪਰਿਵਾਰ ਨਾਲ ਜਾਂ ਪਿੰਡ ਦੇ ਕਿਸੇ ਜੀ ਨਾਲ ਗੱਲ ਕੀਤੀ? ਸਾਡੇ ਕੋਲ ਤਾਂ ਵੀਰੇ ਕੋਈ ਵੀ ਨਹੀਂ ਆਇਆ, ਨਾ ਪਰਿਵਾਰਾਂ ਕੋਲ, ਨਾ ਕੋਈ ਸਾਡੇ ਕੋਲ, ਕੋਈ ਵੀ ਨਹੀਂ ਆਇਆ, ਨਾ ਮਦਦ ਵਾਸਤੇ ਕੋਈ, ਦੁੱਖ ਵੰਡਾਉਣ ਵੀ ਨਹੀਂ ਆਇਆ, ਮਦਦ ਤਾਂ ਦੂਰ ਦੀ ਗੱਲ ਆ ਵੀਰੇ। ਬਹੁਤੇ ਮੰਤਰੀ ਮੁੱਖ ਮੰਤਰੀ ਤਾਂ ਇਹ ਕਹਿੰਦੇ ਅਸੀਂ ਤੇ ਆਮ ਘਰਾਂ ਚੋਂ ਆਏ ਆ, ਆਮ ਘਰਾਂ ਦੇ ਹੀ ਸਾਰ ਲਵਾਂਗੇ। ਕੋਈ ਨਹੀਂ ਵੀਰੇ, ਸਭ ਬਦਲ ਜਾਂਦੇ ਨੇ, ਤਾਂ ਵੋਟਾਂ ਲੈਣ ਦੇ ਚੋਚਲੇ ਹੁੰਦੇ ਨੇ ਲੋਕਾਂ ਦੇ, ਪਹਿਲਾਂ ਵੋਟਾਂ ਲੈ ਜਾਂਦੇ ਨੇ, ਮੁੜ ਕੇ ਕੋਈ ਨਹੀਂ ਸਾਰ ਪੁੱਛਦਾ 5 ਸਾਲ। ਤੁਸੀਂ ਕੀ ਕਹਿਣਾ ਚਾਹੁੰਦੇ? ਸਾਡੇ ਕੋਲ ਕੋਈ ਵੱਡਾ ਲੀਡਰ ਤਾਂ ਪਹੁੰਚਿਆ ਨਹੀਂ, ਜਿਵੇਂ ਸਾਡੇ ਆਮ ਘਰਾਂ ਦੇ ਨੁਮਾਇੰਦੇ ਆ ਜੀ, ਕੋਈ SC ਕਹਿੰਦਾ ਉਹਨਾਂ, ਉਹ ਸਾਡੇ ਕੋਲ ਸਿਰਫ ਉਹ ਪਹੁੰਚਿਆ ਜੀ, ਹੋਰ ਕੋਈ ਨਹੀਂ ਪਹੁੰਚਿਆ ਜੀ, ਵੱਡਾ ਕੋਈ ਨਹੀਂ ਪਹੁੰਚਿਆ ਹੈਗਾ। ਪਿੰਡ ਦੇ ਲੇਵਲ ਕਾਰਨ ਪਹੁੰਚੇ ਨੇ ਜੀ, ਕੋਈ ਐ ਕੋਈ ਆਮ ਲੀਡਰ ਨਹੀਂ ਪਹੁੰਚਿਆ ਜੀ, ਕਿਸੇ ਨੇ ਸਾਨੂੰ ਕੋਈ ਇਹੋ ਜਿਹਾ ਹੌਸਲਾ ਦਿੱਤਾ ਵੀ ਸਾਡਾ ਉਹ ਜਿਹੜਾ ਬਈ ਕਿ ਇੱਥੇ ਤਾਂ 4-4 ਮੰਤਰੀ ਨੇ, ਮੁੱਖ ਮੰਤਰੀ ਵੀ ਇੱਥੋਂ ਦੇ ਆ, ਅਮਨ ਅਰੋੜਾ ਵੀ ਇੱਧਰ, ਹਰਪਾਲ ਚੀਮਾ ਹੈ, ਮੀਤ ਹੇਅਰ ਹੈ, ਮੁੱਖ ਮੰਤਰੀ ਭਗਵੰਤ ਮਾਨ ਨੇ, ਇਹਨਾਂ ਵਿੱਚੋਂ ਕੋਈ ਕਹਿ ਕੇ ਆਇਆ ਕਿ ਅਸੀਂ ਉਹਨਾਂ ਦੇ ਬਿਹਾਫ ਤੇ ਆਏ ਹਾਂ? ਭਗਵੰਤ ਮਾਨ ਸਾਹਿਬ ਦੀ ਤਾਂ ਸੁਣਨ ਚਾਹੀਏ ਜੀ ਗੱਲ, ਉਹ ਜਿਹੜੇ ਬਠਿੰਡੇ ਜਿਹੜੀ ਉਹ ਦਾਰੂ ਆ, ਜਿਹੜੀ ਉਹ ਦਾਰੂ ਜਿਹੜੀ ਬੋਤਲ ਤੁਹਾਨੂੰ ਸੌਂਫੀ ਆ, ਉਹ ਦਿਖਾਈ ਜਾਂਦੇ ਆ, ਕਹਿੰਦੇ ਉਹਦੇ ਮੌਲ ਮਿੱਤਲ ਮੌਲ ਵਾਲਾ, ਉਹਦੇ ਕੋਲ ਜਾ ਕੇ ਕੱਲ੍ਹ ਚਾਹ ਪੀ ਕੇ ਆਇਆ, ਹੁਣ ਅਸੀਂ ਸਾਨੂੰ ਅਸੀਂ ਸਰਕਾਰਾਂ ਤੋਂ ਸਾਨੂੰ ਕੀ ਉਹ ਆ ਜੀ, ਅਸੀਂ ਬਸ ਇਹੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਜੀ, ਜਿਹੜੇ ਜਿਨ੍ਹਾਂ ਦੀ ਵੀ ਉਹ ਹੋਈ ਆ, ਕਿਹੜੇ ਪਿੰਡਾਂ 'ਚ, ਉਹਨਾਂ ਨੂੰ ਉਹ ਇਨਸਾਫ ਦਿੱਤਾ ਜਾਵੇ। ਸਾਡਾ ਜਿਹੜਾ ਨਿਰਦੋਸ਼ ਜਿਹੜਾ ਸੁੱਖੀ ਸੁਖਵਿੰਦਰ ਸਿੰਘ ਸੁੱਖੀ ਚੱਕਿਆ ਗਿਆ, ਸਾਡੇ ਖੁਦ ਸਕੇ ਚਾਚਿਆਂ ਦੀ ਡੈਥ ਹੋਈ ਆ ਜੀ, ਬਸ ਸਾਨੂੰ ਇਨਸਾਫ ਦਿੱਤਾ ਜਾਵੇ ਜੀ, ਇਹੀ ਬੇਨਤੀ ਆ ਬਸ। ਪਰਿਵਾਰਾਂ ਦੇ ਕੋਲ ਮਿਹਨਤ ਕਰਨ ਦਾ ਹੋਰ ਸਾਧਨ ਕੀ ਹੈ, ਕਿਵੇਂ ਕਮਾਈ ਹੁੰਦੀ ਹੈ ਪਿੰਡ ਦੇ ਵਿੱਚ? ਬਸ ਆਮ ਹੀ ਮਜ਼ਦੂਰੀ ਦਿਹਾੜੀ ਦੱਪਾ ਕਰਦੇ ਜੀ, ਕਿਸੇ ਦਾ ਹੋਰ ਕੋਈ ਕਾਰੋਬਾਰ ਨਹੀਂ ਮਜ਼ਦੂਰੀ ਤੋਂ? ਕੋਈ ਨਹੀਂ, ਸਾਡੇ ਜਿੰਨਿਆਂ ਦੀ ਵੀ ਡੈਥ ਹੋਈ, ਅਸੀਂ ਮਜ਼ਦੂਰੀ ਕਰਦੇ ਹਾਂ, ਦਿਹਾੜੀ ਕਰਦੇ ਹਾਂ ਖੇਤਾਂ ਦੇ ਵਿੱਚ ਵੀਰਾ, ਕਦੇ ਕੋਈ ਗੁੱਡਣ ਜਾਂਦੇ ਹਾਂ, ਕਦੇ ਮਟਰ ਤੋੜਨ ਜਾਂਦੇ ਹਾਂ, ਅਸੀਂ ਇਹ ਦਿਹਾੜੀਆਂ ਕਰਦੇ ਹਾਂ, ਸਾਡੇ ਬੱਚੇ ਵੀ ਇਹੀ ਕੰਮ ਕਰਦੇ ਨੇ, ਸਾਡੇ ਕੋਈ ਜਾਇਦਾਦ ਨਹੀਂ, ਜਿੰਨੇ ਸਾਡੇ ਘਰ ਉੱਜੜੇ ਨੇ ਸਾਰੇ ਜਮਾਂ ਗਰੀਬ ਨੇ, ਛੋਟੇ ਛੋਟੇ ਬੱਚੇ ਨੇ, ਉਹਨਾਂ ਦਾ ਵੀ ਹੀਲਾ ਹੋਣਾ ਚਾਹੀਦਾ। ਜਿਹੜੇ ਲੋਕਾਂ ਨੂੰ ਥੋੜੀ ਜਿਹੀ ਜਾਣਕਾਰੀ ਮਿਲੀ ਆ, ਜਿਨ੍ਹਾਂ ਤੱਕ ਪੂਰੀ ਗੱਲ ਨਹੀਂ ਪਹੁੰਚੀ, ਉਹ ਘਰੇ ਬੈਠ ਕੇ ਵੀ ਅੰਦਾਜ਼ਾ ਲਾ ਸਕਦੇ ਆ ਕਿ ਸ਼ਾਇਦ ਇਹਨਾਂ ਦਾ ਪਿੰਡ ਸ਼ਰਾਬ ਦਾ ਕਾਰੋਬਾਰ ਕਰਦਾ ਤਾਂ ਇਹਨਾਂ ਨੂੰ ਖਮਿਆਜ਼ਾ ਭੁਗਤਣਾ ਪਿਆ? ਕਿੰਨੇ ਕੁ ਘਰ ਆ ਜਿਹੜੇ ਇਹੋ ਜਿਹਾ ਕਾਰੋਬਾਰ ਕਰਦੇ ਆ, ਕਿੰਨੇ ਘਰ ਸਾਫ਼ ਸੁਥਰੇ ਢੰਗ ਨਾਲ ਕਮਾਈ ਦੀ ਖਾਂਦੇ ਆ? ਕੋਈ ਨਹੀਂ ਕਰਦਾ ਵੀਰੇ, ਇਹ ਵੀ ਪਤਾ ਨਹੀਂ ਕਿਵੇਂ, ਤੁਹਾਨੂੰ ਪਤਾ ਲੱਗਾ, ਕੋਈ ਨਹੀਂ ਕਰਦਾ ਹੈਗਾ ਹੋਰ।
ਇਨਸਾਫ ਨਹੀਂ ਮਿਲਦਾ ਸਰਕਾਰ ਤੋਂ ਤੇ ਫਿਰ ਇੱਥੇ ਸੰਗਰੂਰ ਦੇ ਵਿੱਚ ਧਰਨਾ ਚੱਲੇਗਾ? ਧਰਨਾ ਵੀ ਚੱਲੂਗਾ ਤੇ ਵੀਰੇ ਜਿਹੜੀਆਂ ਲਾਸ਼ਾਂ ਨੇ ਅਸੀਂ ਸੰਸਕਾਰ ਨਹੀਂ ਕਰਨ ਦਿੰਦੇ ਹੈਗੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ, ਮੁਆਵਜ਼ਾ ਨਹੀਂ ਮਿਲਦਾ। ਤੇ ਜਿਹੜਾ ਸੁਖਵਿੰਦਰ ਸੁੱਖੀ ਆ ਉਹ ਜਦ ਤੱਕ ਬਾਹਰ ਨਹੀਂ ਆਉਂਦਾ ਸਰਕਾਰ ਸਾਡੇ ਹਵਾਲੇ ਨਹੀਂ ਕਰਦੀ, ਅਸੀਂ ਲਾਸ਼ਾਂ ਦਾ ਸੰਸਕਾਰ ਨਹੀਂ ਕਰਦੇ। ਇਹ ਉਹ ਪਰਿਵਾਰ ਹੈ ਗੁਜਰਾਂ ਪਿੰਡ ਦਾ ਜਿਨ੍ਹਾਂ ਦੇ ਦੋ ਜੀ ਵੀ ਗਏ, ਇਹਨਾਂ ਦੇ ਚਾਚਾ ਸਹੁਰਾ ਨੇ ਦੋ, ਉਹਨਾਂ ਦੀ ਡੈਥ ਵੀ ਹੋ ਜਾਂਦੀ ਹੈ, ਮੌਤ ਹੋ ਜਾਂਦੀ ਹੈ। ਇੱਥੋਂ ਤੱਕ ਕਿ ਅਜਿਹੇ ਮਾਮਲਿਆਂ ਦੇ ਵਿੱਚ ਜਿਹੜੀਆਂ ਮੌਤਾਂ ਹੁੰਦੀਆਂ ਨੇ, ਇਨਸਾਫ ਕਦੋਂ ਮਿਲੇਗਾ? ਕੀ ਗਰੀਬ ਘਰਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ? ਉਹ ਸਰਕਾਰ ਕਿੱਥੇ ਗਈ ਜਿਹੜੀ ਓਪੋਜੀਸ਼ਨ 'ਚ ਹੁੰਦੀਆਂ ਬੜੀਆਂ ਫੜਾਂ ਮਾਰਦੀ ਸੀ, ਬੜੇ ਦਾਅਵੇ ਕਰਦੀ ਸੀ, ਪਰ ਅੱਜ ਕਿੱਥੇ ਹੈ? ਦੇਖਦਾ ਕਿਉਂ ਨਹੀਂ ਕੋਈ? ਤਾਂ ਸੰਗਰੂਰ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਅੱਜ ਪਹੁੰਚੇ ਨੇ ਇਨਸਾਫ ਲੈਣ ਦੇ ਲਈ, ਔਰ ਇਹਨਾਂ ਦਾ ਇੱਕ ਪਰਿਵਾਰ ਦਾ ਜੀ ਵੀ ਚੁੱਕ ਲਿਆ ਗਿਆ ਜਿਸ ਦੇ ਉੱਤੇ 302 ਦੀ ਧਾਰਾ ਲਗਾਈ ਗਈ ਹੈ ਕਿ ਉਹ ਸ਼ਰਾਬ ਕਾਰੋਬਾਰ ਦੇ ਵਿੱਚ ਹਿੱਸੇਦਾਰ ਸੀ, ਪਰ ਇਹਨਾਂ ਦਾ ਕਹਿਣਾ ਹੈ ਕਿ ਉਹ ਨਿਰਦੋਸ਼ ਹੈ, ਤੇ ਫਿਰ ਦੋਸ਼ੀ ਕੌਣ ਹੈ ਤੇ ਫੜਿਆ ਕਦੋਂ ਜਾਵੇਗਾ? ਸਵਾਲ ਸਭ ਤੋਂ ਵੱਡਾ ਇਹ ਹੈ। ਫਿਲਹਾਲ ਅਸੀਂ ਪਲ ਪਲ ਦੀ ਅਪਡੇਟ ਸੰਗਰੂਰ ਤੋਂ ਗੁਜਰਾਂ ਪਿੰਡ ਦੇ ਲੋਕਾਂ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ, ਕੋਸ਼ਿਸ਼ ਕਰਾਂਗੇ ਪਹਿਲ ਦੇ ਆਧਾਰ ਤੇ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਸੰਗਰੂਰ।